विद्या ना
ख्याल करियो मुझे तब गेज करना
संपूर्ण शब्द की बजाय भी जो असी एक एक लफज नचारने उनको कोई नवी जीवन की कहानी लगती है। एक पक्ष यह है कि लोग कबीर बोरा आखते हैं, कबीर जी का ख्याल है, लोग कहें कबीर बोरा ना, लोग कहते हैं कबीर बोरा ना। पक्ष यह है जो कबीर कहता है, कबीर बोरा नहीं सो बोरा, क्यों? क्योंकि कबीर की कसवटी, कबीर की सोच, कबीर का फैसला उनका आधार हो रहा है, लोकां दे फैसले दा आधार हो रहे। आज इन्हां दोनों फैसलों नूं आमो सामने रखना है कि कबीर लोकां नूं क्यों बोरा आख रहा है, ते लोग कबीर नूं क्यों बोरा आख रहे हैं, दोनों दा फर्क की है। लोकां दा पक्ष आपां पिछली बार देखिया, क्योंकि साड़ी निगाह विच लोकां दी निगाह विच बौरा वो होंदा है जो लोकां दी स्टाइल नाल जीवन ना बिताए, उनकी जीवन शैली उन्हां नालों वक्री हो। ते मैं अर्ज कीती सी, मैं उनका सिर्फ एग्जाम्पल उदाहरण दे के बोलना चाहना, अर्ज कीती सी कि कोई मनुख नगन बाजार विच तुरिया फिरे, क्योंकि समाज का काम है वस्त्र पा के तुरना, नगन तुरन वाले बौरा आपे आख दें, बौरा कोई काम कमल है, कोई पागल है। लोग क्योंकि ट्रैफिक के निजमां नू जानते ने, उन्हां अनुसार चलते ने, कोई मनुख चौरस्ते खड़ा हो जाए ते ट्रैफिक रुक जाए, लोग हॉर्न मारी जान, वो हिले ना, लोग आखते हैं कोई बाबा, क्योंकि लोगों की कसवटी तो पूरा नहीं उतर रहा, उनकी सोच नहीं मिल रही। हर काम जिंदे विच किसी चीज की पछाण ना हो, ਸਾਡੇ ਕੋਲ ਬਾਵਰੇਪਣ ਦੀ ਇਹੋ ਕਸਵੱਟੀ ਹੈ। ਕੱਪੜੇ ਪਾਉਣ ਲੱਗਿਆਂ ਉਹਨੂੰ ਇਹ ਨਾ ਪਤਾ ਲੱਗੇ ਸਿੱਧਾ ਕਿਹੜਾ ਹੈ, ਪੁੱਠਾ ਕਿਹੜਾ ਹੈ, ਕੱਪੜੇ ਦੀ ਪਛਾਣ ਨਾ ਕਰ ਸਕੇ, ਉਹ ਬਾਵਰ ਹੈ। ਖਾਣ ਲੱਗਿਆਂ ਸਾਡੇ ਸਟਾਈਲ ਨਾਲ, ਸਾਡੇ ਤਰੀਕੇ ਨਾਲ, ਸਭਿਅਤਾ ਨਾਲ ਨਾ ਖਾਏ, ਅਸੀਂ ਆਖਦੇ ਹਾਂ ਬਾਵਰ, क्योंकि असी अपनी कसवटी से उसको परख रहे। हर वो काम जो असी करने वो नहीं करता, उसके उल्ट करता है, वह बाबा है। ये तो सिर्फ कबीर का ही मसला नहीं, यह गुरु नानक से भी आया। गुरु नानक को आखना पाया, कोई आखे भूतना, कोई कहे बेताला, कोई आखे आदमी नानक विचारा भया दीवाना, सार का नानक बोराना, नानक नु भी बोराना आखिया, क्योंकि नानक ने जो कुछ किया वो दुनिया की स्टाइल नाल नहीं। बाणी ने एक लैंग्वेज फैसला कर दिता, कह लगे ये गल कभी हो ही नहीं सकती, भगतां ते सहसारियां जोड़ कदे ना आया, वो एक रस एक ढंग नाल जीव नहीं सकता, उत्थे जीवन शैली वक्री हो जाती। बाणी है फैसला, भगतां ते संसारियां
ਸਾਰੀਆਂ ਜੋੜ ਕਦੇ ਨਾ ਆਇਆ। ਗੁਰੂ ਨਾਨਕ ਨੇ ਆਪਣਾ ਢੰਗ ਵਰਤਿਆ, ਕਿਉਂਕਿ ਦੁਨੀਆਂ ਦੇ ਲੋਕ ਦੁਕਾਨਾਂ ਤੇ ਬੈਠ ਕੇ ਘੱਟ ਤੋਲਦੇ ਨੇ, ਵੱਧ ਕਮਾਈ ਕਰਨ ਦੇ ਖਾਹਿਸ਼ਮੰਦ ਹੁੰਦੇ ਨੇ। ਗੁਰੂ ਨਾਨਕ ਦੁਕਾਨ ਤੇ ਬੈਠਾ ਹੈ ਤੇ ਤੇਰਾ ਤੇਰਾ ਤੋਲੀ ਜਾਂਦਾ, ਕਿਸੇ ਕੋਲ ਪੈਸਾ ਵੀ ਨਹੀਂ ਮੰਗਦਾ। ਗੱਲ ਤਾਂ ਉਲਟ ਹੋ ਗਈ ਨਾ, ਜਿਹਨੇ ਵੇਖਿਆ ਨਾਨਕ ਨੂੰ ਉਹਨੇ ਤੇ ਕਹਿਣਾ ਸੀ ਇਹ ਕੋਈ ਮੋਹਰਾ ਬੈਠਾ ਦੁਕਾਨ ਤੇ, ਇਹਨੂੰ ਪਤਾ ਹੀ ਨਹੀਂ ਕਿੰਨਾ ਦੇਣਾ, ਤੋਲਣਾ ਕਿਵੇਂ, ਇਹਨੇ ਕਮਾਈ ਕੀ ਕਰਨੀ। ਸੰਸਾਰ ਦੇ ਪਰਖਣ ਦੀ ਕਸਵੱਟੀ ਇਹ ਹੈ, ਉਹਦੇ ਅਨੁਸਾਰ ਸੰਸਾਰ ਨੇ ਕਬੀਰ ਨੂੰ ਬੋਹਰਾ ਆਖਿਆ, ਇਸ ਵਿੱਚ ਕੋਈ ਸ਼ੱਕ ਨਹੀਂ। ਹੁਣ ਖਲੋਣਾ, ਕਿਉਂਕਿ ਦੁਨੀਆਂ ਦੀ ਮਰਜ਼ੀ ਨਾਲ ਵੀ ਚੱਲ ਰਿਹਾ ਨਾ, ਦੁਨੀਆਂ ਫੁੱਲ ਫਲ ਲਿਆ ਕੇ ਪੱਥਰ ਦੀ ਪੂਜਾ ਕਰੀ ਜਾਂਦੀ ਹੈ, ਕਬੀਰ ਨਹੀਂ ਕਰਦਾ। ਤੋਰੋ ਨਾ ਭਾਰਤੀ ਪੂਜੋ ਨਾ ਦੇਵਾ, ਲੋਕ ਕਰੇ ਕਬੀਰ ਬਾਰਾ ਨਾ। ਇਹ ਤਾਂ ਦੁਨੀਆਂ ਦੀ ਪਰਖ ਦੀ ਕਸਵੱਟੀ ਹੈ, ਮਿਆਰ ਹੈ। ਪਰ ਬਾਬਾ ਕਬੀਰ ਜੀ ਨੇ ਅੱਜ ਇੱਕ ਸਵਾਲ ਖੜਾ ਕਰ ਦਿੱਤਾ ਹੈ, ਜਿਹਨੂੰ ਅਸੀਂ ਸਮੁੱਚੇ ਰੂਪ ਵਿੱਚ ਦੇਖਦੇ। ਕਹਿੰਦੇ ਨੇ ਉਹਨਾਂ ਦੀ ਨਿਗਾਹ ਵਿੱਚ ਉਹ ਹੋਵੇਗਾ ਜਿਹੜਾ ਕਿਸੇ ਚੀਜ਼ ਦੇ ਨਾਲ ਮਿਲ ਕੇ ਨਹੀਂ ਚੱਲਦਾ, ਉਹ ਬਾਬਾ। ਪਰ ਬਾਬਾ ਕਬੀਰ ਕਹਿੰਦੇ ਨੀ, ਮੇਰੇ ਕੋਲ ਪੁੱਛੋ ਮੈਂ ਦੁਨੀਆਂ ਨੂੰ ਬੋਰਾ ਕਿਉਂ ਆਖਣਾ, ਕਿਉਂਕਿ ਮੇਰੀ ਕਸਵੱਟੀ ਵਿੱਚ ਬੋਰਾ ਕੌਣ ਹੈ। ਕਹਿੰਦੇ ਨੇ ਸੋ ਬੋਰਾ ਜਿਹੜਾ ਕੱਪੜੇ ਦੀ ਸਿੱਧੇ ਪੁੱਠੇ ਦੀ ਪਛਾਣ ਨਾ ਕਰ ਸਕੇ, ਉਹ ਤਾਂ ਦੂਜੇ ਦੀ ਪਛਾਣ ਹੈ। ਜਿਹੜਾ ਖਾਣੇ ਦੀ ਥਾਲ ਵਿੱਚ ਪਏ ਪਰੋਸੇ ਹੋਏ ਭੋਜਨ ਦੀ ਪਛਾਣ ਨਾ ਕਰ ਸਕੇ, ਉਹ ਤਾਂ ਦੂਜੇ ਦੀ ਪਛਾਣ ਹੈ। ਜਿਹੜਾ ਘਰ ਆਏ ਹੋਏ ਮਹਿਮਾਨ ਦੀ ਪਛਾਣ ਨਾ ਕਰ ਸਕੇ, ਉਹ ਤਾਂ ਦੂਜੇ ਦੀ ਪਛਾਣ ਹੈ। ਬਾਬਾ ਕਬੀਰ ਕਹਿੰਦੇ ਨੇ ਮੈਂ ਤੇ ਕਹਿੰਦਾ ਹੈਰਾਨ ਹੋਣਾ ਵੀ ਜਿਹੜਾ ਆਪਣੇ ਆਪ ਨੂੰ ਹੀ ਨਾ ਪਛਾਣ ਸਕੇ, ਇਹ ਤਾਂ ਬਹੁਤ ਨੇੜੇ, ਇਹਨੂੰ ਤਾਂ ਦੂਜਾ ਨਹੀਂ ਨਾ ਆਖਦੇ। ਕੱਪੜੇ ਨੂੰ ਤਾਂ ਦੂਜਾ ਆਖਾਂਗੇ, ਮਹਿਮਾਨ ਨੂੰ, ਕਿਸੇ ਰਿਸ਼ਤੇਦਾਰ ਨੂੰ, ਮਿੱਤਰ ਦੋਸਤ ਨੂੰ, ਭਰਾ ਨੂੰ, ਪਤੀ ਨੂੰ, ਪਤਨੀ ਨੂੰ ਤਾਂ ਦੂਜਾ ਆਖਾਂਗੇ, ਉਹ ਤਾਂ ਦੂਜਾ। ਜਦੋਂ ਮਨੁੱਖ ਬੋਰਾ ਹੋ ਜਾਏ, ਕੋਈ ਪਾਗਲ ਹੋ ਜਾਏ, ਉਹਨੂੰ ਨਾ ਪਤਨੀ ਦੀ ਪਛਾਣ ਹੁੰਦੀ ਹੈ, ਨਾ ਭਰਾ ਦੀ ਪਛਾਣ ਹੁੰਦੀ ਹੈ, ਨਾ ਪਿਤਾ ਦੀ ਪਛਾਣ ਹੁੰਦੀ ਹੈ, ਉਹ ਤਾਂ ਪਤਾ ਪਛਾਣ ਦੂਜੇ ਦੀ ਖਤਮ ਹੁੰਦੀ ਹੈ ਨਾ, ਅਤੇ ਅਸੀਂ ਆਖ ਦਿੰਦੇ ਪਾਗਲ। ਪਰ ਬਾਬਾ ਕਬੀਰ ਕਹਿੰਦੇ ਨਹੀਂ, ਦੂਜੇ ਦੀ ਪਛਾਣ ਨਾ ਹੋਣੀ ਬੜੀ ਛੋਟੀ ਜਿਹੀ ਗੱਲ ਹੈ, ਬੜਾ ਵੱਡਾ ਰੋਗ ਨੇ। ਇੱਕ ਰੋਗ ਉਹ ਹੈ ਜਿਹੜਾ ਇਦੋਂ ਵੀ ਖਤਰਨਾਕ ਹੈ, ਉਹ ਹੈ ਆਪਣੇ ਆਪ ਦੀ ਪਛਾਣ ਨਾ ਹੋਣਾ। ਔਰ ਇਸ ਰੋਗ ਵਿੱਚ ਅਸੀਂ ਤੁਸੀਂ ਸਾਰੇ ਘਿਰੇ ਹੋਏ। ਗੁਰੂ ਨੇ ਇਹ ਗੱਲ ਕਿਉਂ ਆਖੀ, ਕਹਿਣ ਲੱਗੇ ਪਿਛਲੀ ਵਾਰ ਇੱਕ ਪ੍ਰਕਰਨ ਆਇਆ ਸੀ ਕਿ ਮਨੁੱਖ ਦਾ ਨਾਂ ਮਾਨਸ ਹੈ, ਪਰ ਇਹਨੂੰ ਪਤਾ ਹੀ ਨਹੀਂ ਮੈਂ ਮਾਨਸ ਹਾਂ, ਮੈਨੂੰ ਪਤਾ ਨਹੀਂ ਮੈਂ ਮਾਨਸ ਹਾਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਇਹਨੂੰ ਆਪੇ ਦੀ ਪਛਾਣ ਹੀ ਨਹੀਂ ਕਿ ਮੈਂ ਮਨੁੱਖ। ਖਿਆਲ ਕਰੋ ਦੁਨੀਆਂ ਅੰਦਰ ਹਰ ਇੱਕ ਚੀਜ਼ ਜਿਹੜੀ ਹੈ ਉਹਦਾ ਕਰਤੱਵ ਹੀ ਉਹਦੀ ਨਿਸ਼ਾਨੀ ਹੈ। ਜਦੋਂ ਮਨੁੱਖ ਬਦਲਦਾ, ਮਨੁੱਖ ਜੀਵਨ ਵਿੱਚ ਬਹੁਤ ਵਾਰ ਬਦਲਦਾ, ਤੇ ਹਰ ਬਦਲੇ ਹੋਏ ਮਨੁੱਖ ਨੂੰ, ਹਰ ਉਸਦੀ ਬਦਲੀ ਹੋਈ ਪਦਵੀ ਨੂੰ ਪਛਾਣ ਚਾਹੀਦੀ ਹੈ। ਪਹਿਲਾਂ ਮੈਂ ਕਰਤੀ ਸੀ, ਪਹਿਲਾਂ ਸਭ ਤੋਂ ਇੱਕ ਮਨੁੱਖ ਹੈ ਜਦੋਂ ਪੈਦਾ ਹੋਇਆ ਰੱਬ ਨੇ, ਕੋਈ ਹਿੰਦੂ ਮੁਸਲਮਾਨ ਕੋਈ ਡਾਕਟਰ ਇੰਜੀਨੀਅਰ ਨਹੀਂ ਪੈਦਾ ਕੀਤਾ, ਉਹਨੇ ਇੱਕ ਮਨੁੱਖ ਪੈਦਾ।
मैं पिछली बार की सी उनका नाम दर्शन सिंह तक गया अगला नाम है हूँ कल जो डॉक्टर बन गया तो फिर हम मेरा दर्शन सिंह तो नहीं ना ही उन्होंने कभी किसी ने मनुखा कह भी मनुख जा रही है जी नहीं फिर कह के डॉक्टर जा रहे पर जो मेरा मनुख से उदों की जिम्मेवारी डॉक्टर वाली नहीं सी हम जो डॉक्टर बन गया हम उसके फर्ज बदल गए जो मनुख बदलता है ना उसके फर्ज बदलते हैं असल में होर कुछ भी नहीं बदलता जिंदगी बहुत बार ते जिन्नी बार बदलता जिस पड़ा ते जिस सतह ते जिस पदवी ते खलोता होवे उन्हों अपने आप की पछाण होनी चाहिए है अज मैं की हाँ लो अज मैं की हाँ जो एक पुत्र सी उदो पुत्र सी उन्हों पता होवे मैं पुत्र हाँ पिता है मैं किवें नीवा सिर करके अखां चुका के उनका हुकम मनना है ये उनका फर्ज ते जे पिता का सत्कार ना करे अगों बड़बोला हो जाए तो गुरु को भी आखना पैंदा है काहे पूत जगरत हो संग बाप जिनके जने बड़ी रेतुन हो तिन संग जगरत पाप क्योंकि तू अपना फर्ज नहीं अदा कर रहे ओह पुत्र जो पिता बन जाए उदों दे फर्ज बदल जाते ने ਉਦੋਂ ਦੇ ਫਰਜ਼ ਬਣ ਕੇ ਬਦਲ ਜਾਂਦੇ ਹੁਣ ਉਹਦਾ ਇੰਨਾ ਵਿਸ਼ਾਲ ਦਿਲ ਹੋ ਜਾਂਦਾ ਹੈ ਕਿ ਉਹ ਪੁੱਤਰ ਦੇ ਹਰ ਗੁਨਾਹ ਨੂੰ ਹਰ ਗੁਸਤਾਖੀ ਨੂੰ ਮੁਆਫ ਵੀ ਕਰਦਾ ਹੈ ਪੁੱਤਰ ਗਲਤੀ ਕਰਦਾ ਪਿਤਾ ਮੁਆਫ ਕਰਦਾ ਗੁਰੂ ਨੂੰ ਬਿਆਨ ਦੀ ਚੱਕਣਾ ਪਿਆ ਜੈਸਾ ਬਾਰਿਕ ਭੈਸ ਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਜਿਹੜੇ ਬਹੁ ਭਾਤੀ ਬਹੁਰ ਪਿਤਾ ਫਰਜ਼ ਬਦਲ ਗਿਆ ਪਿਤਾ ਬਣ ਗਿਆ ਜਦੋਂ ਭਰਾ ਹੁੰਦਾ ਉਹਦੇ ਫਰਜ਼ ਹੋਰ ਜਦੋਂ ਬੱਚੀ ਹੁੰਦੀ ਹੋਰ ਜਦੋਂ ਪਤਨੀ ਹੋਵੇ ਉਹਦੇ ਫਰਜ਼ ਹੋਰ ਜਿਉਂ ਜਿਉਂ ਮਨੁੱਖ ਦੀ ਸਤਾ ਬਦਲਦੀ ਹੈ ਤਿਉਂ ਤਿਉਂ ਮਨੁੱਖ ਦਾ ਆਪਾ ਬਦਲਦਾ ਤੇ ਉੱਥੇ ਖਲੋ ਕੇ ਹੀ ਮਨੁੱਖ ਨੂੰ ਆਪਾ ਪਛਾਣਨਾ ਪੈਂਦਾ ਜਿੱਥੇ ਆਪਾ ਪਛਾਣੇ ਨਾ ਜੇ ਧੀ ਮਾਂ ਪਿਓ ਦੇ ਘਰ ਧੀ ਹੈ ਪਤੀ ਦੇ ਘਰ ਵਿੱਚ ਪਤਨੀ ਹੈ ਅਤੇ ਉੱਥੇ ਆ ਕੇ ਆਪਾਂ ਪਛਾਣੇ ਨਾ ਵੀ ਮੈਂ ਮੇਰੀ ਹੁਣ ਸਤਾ ਬਦਲ ਗਈ ਹੈ ਤਾਂ ਅੱਗੇ ਹੋ ਜਾਏਗੀ ਨਾ ਜਿਸ ਦਿਨ ਉਹ ਮਾਂ ਬਣ ਗਈ ਉਸ ਦਿਨ ਮਾਂ ਦੇ ਫਰਜ਼ ਪਛਾਣੇ ਨਾ ਅਬ ਅੱਗੇ ਹੋ ਜਾਏਗੀ ਕਿਉਂਕਿ ਸਤਾ ਬਦਲ ਗਈ ਅਤੇ ਬਦਲੀ ਹੋਈ ਸਤਾ ਨੇ ਕੇਵਲ ਫਰਜ਼ ਹੀ ਬਦਲੇ ਨੇ ਡਿਊਟੀ ਬਦਲੀਆਂ ਨੇ ਗੁਰੂ ਕਹਿੰਦੇ ਨੇ ਜਿੱਥੇ ਮਨੁੱਖ ਆਪਾਂ ਨਾ ਪਛਾਣੇ ਇੱਕ ਪੁਲਿਸ ਵਿੱਚ ਭਰਤੀ ਹੁੰਦਾ ਹੈ ਇੱਕ ਸਿਪਾਹੀ ਹੈ ਕੱਲ੍ਹ ਨੂੰ DSP ਬਣ ਜਾਂਦਾ ਉਹਦੇ ਫਰਜ਼ ਬਦਲਦੇ ਨੇ ਡਿਊਟੀਆਂ ਬਦਲਦੀਆਂ ਨੇ ਫਿਰ ਉਹ SP ਬਣ ਜਾਂਦਾ ਫਿਰ IG ਬਣ DIG ਬਣਦਾ ਫਿਰ IG ਬਣ ਜਾਂਦਾ ਜਿਉਂ ਜਿਉਂ ਦੀ ਸਤਾ ਬਦਲਦੀ ਹੈ ਸਤਾ ਤੇ ਬਦਲਣ ਨਾਲ ਉਹਦੇ ਫਰਜ਼ ਬਦਲਦੇ ਨੇ ਤੇ ਜਿਸ ਦਿਨ ਉਹ ਆਪਣੇ ਫਰਜ਼ ਨੂੰ ਨਹੀਂ ਪਛਾਣਦਾ ਬੜਾ ਕਮਲ ਹੈ ਇਹਨੂੰ ਅਕਲ ਹੀ ਨਹੀਂ ਮੈਂ ਆਈ ਜੀ ਹਾਂ ਮੈਂ ਇੱਕ ਸਿਪਾਹੀ ਹਾਂ ਉਹਨੂੰ ਤੁਰ ਰਿਹਾ ਬੜੀ ਅਜੀਬ ਗੱਲ ਹੈ ਸਿਪਾਹੀ ਵੀ ਤਾਂ ਪੁਲਿਸ ਦਾ ਹਿੱਸਾ ਪਰ ਜਿਸ ਢੰਗ ਦਾ ਜਿਸ ਤਰ੍ਹਾਂ ਦਾ ਵਰਤਾਓ ਇੱਕ ਪੁਲਿਸ ਦੇ ਸਿਪਾਹੀ ਨੇ ਕਰਨਾ ਆਈ ਜੀ ਉਸ ਤਰ੍ਹਾਂ ਦਾ ਨਹੀਂ ਕਰ ਸਕਦਾ ਉਹਦੇ ਰਹਿਣ ਸਹਿਣ ਹਰ ਇੱਕ ਚੀਜ਼ ਵਿੱਚ ਬਦਲਾਅ ਹੋਇਆ ਕਿਉਂਕਿ ਉਹਦੀ ਪਦਵੀ ਬਦਲ ਗਈ ਹੈ ਪਰ ਜਿਸ ਸਤਾ 'ਤੇ ਮਨੁੱਖ ਖਲੋਤਾ ਹੈ ਉਹ ਆਪਣੀ ਸਤਾ ਨੂੰ ਪਛਾਣੇ ਬਸ ਜਿੱਥੇ ਪਛਾਣ ਖਤਮ ਹੋ ਜਾਏ ਉੱਥੇ ਬਾਬਰ ਹੈ ਬਾਬਾ ਕਬੀਰ ਜੀ ਦੇ ਕਹਿਣ ਦਾ ਇੱਕ ਲਫ਼ਜ਼ ਮੈਂ ਦੁਬਾਰਾ ਦੁਹਰਾ ਦਿਆਂ ਕਹਿੰਦੇ ਨੇ ਮਨੁੱਖ ਨੂੰ ਹਰ ਕਦਮ ਤੇ ਆਪਾਂ ਪਛਾਣਨ ਦੀ ਲੋੜ ਹੈ
ਬੜਾ ਸੋਹਣਾ ਟੌਪਿਕ ਸਾਹਮਣੇ ਆਇਆ। ਧਰਮ ਦੇ ਖੇਤਰ ਵਿੱਚ ਵੀ ਤਿੰਨ ਚੀਜ਼ਾਂ ਪਛਾਣਨੀਆਂ ਬਹੁਤ, ਜੀਵਨ ਸਫਲ ਕਰਨਾ ਹੋਵੇ ਨਾ ਮਨੁੱਖ ਨੇ, ਮੇਰਾ ਦਿਲ ਕਰਦਾ ਆਉਣ ਵਾਲੇ ਤਿੰਨ ਵੀਕਾਂ ਵਿੱਚ, ਦੋ ਵੀਕਾਂ 'ਚ ਹੋਰ ਆਪਾਂ ਇਸ ਟੌਪਿਕ ਨੂੰ ਬਦਲਵੇਂ ਰੂਪ ਵਿੱਚ ਤਿੰਨ ਚੀਜ਼ਾਂ ਦੀ ਪਛਾਣ ਜ਼ਰੂਰ ਸਾਂਝੀ ਕਰਾਂਗੇ। ਤਿੰਨ ਚੀਜ਼ਾਂ ਨੇ ਸਫਲ ਜੀਵਨ ਲਈ ਪਛਾਣਨ ਵਾਲੀਆਂ। ਆਪਾਂ ਪਛਾਣਨਾ, ਗੁਰੂ ਪਛਾਣਨਾ ਤੇ ਰੱਬ ਪਛਾਣਨਾ, ਕਿਉਂਕਿ ਤਿੰਨੋਂ ਚੀਜ਼ਾਂ 'ਤੇ ਮਨੁੱਖ ਗੁੰਮਰਾਹ ਹੁੰਦਾ। ਜਿੱਥੋਂ ਵੀ ਰਾਹ ਪੁੱਛ ਰਿਹਾ ਹੈ ਨਾ, ਜਿੱਥੋਂ ਗੁੰਮਰਾਹ ਹੋ ਰਿਹਾ, ਉਹ ਇੱਕ ਤਿੰਨ ਮੋੜ ਨੇ। ਇੱਕ ਰੱਬ ਸਭ ਤੋਂ ਪਹਿਲਾ ਮੋੜ, ਮਨੁੱਖ ਰੱਬ ਪ੍ਰਤੀ ਪਛਾਣ ਕੋਲ ਨਹੀਂ ਰੱਖਦਾ, ਐਵੇਂ ਸਾਰੀ ਜ਼ਿੰਦਗੀ ਰੱਬ ਰੱਬ ਕਰੀ ਜਾਂਦਾ, ਕਈ ਕਈ ਘੰਟੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਰਾਮ ਰਾਮ ਕਹੀ ਜਾਂਦਾ, ਰੱਬ ਦੇ ਨਾਂ 'ਤੇ ਦਾਨ ਪੁੰਨ ਕਰੀ ਜਾਂਦਾ, ਰੱਬ ਨੂੰ ਪ੍ਰਸੰਨ ਕਰਨ ਲਈ ਦਿਨ ਰਾਤ ਅਡੰਬਰ ਕਰੀ ਜਾਂਦਾ, ਰੱਬ ਨੂੰ ਜਾਣਦਾ ਹੀ ਨਹੀਂ। ਰੱਬ ਦੀ ਪਛਾਣ ਕੋਈ, ਔਰ ਜਿਸ ਦੀ ਪਛਾਣ ਬਹੁਤ ਜ਼ਰੂਰੀ। ਜ਼ਿੰਦਗੀ ਦੇ ਜੀਵਨ ਦੇ ਬੜੇ ਮਸਲੇ ਐਸੇ ਨੇ ਜਿਹੜੇ ਇਸੇ ਲਈ ਰੁਕੇ ਹੋਏ ਨੇ, ਕਿਉਂਕਿ ਅਸੀਂ ਰੱਬ ਦੇ ਨਾਮ 'ਤੇ ਕਰ ਰਹੇ ਹਾਂ, ਔਰ ਹੋ ਨਹੀਂ ਰਹੇ, ਹੋ ਨਹੀਂ ਰਹੇ ਪਛਾਣ ਸਾਨੂੰ ਰੱਬ ਦੀ ਕੋਈ। ਦੂਜਾ ਮਸਲਾ ਹੈ ਗੁਰੂ ਦੀ ਪਛਾਣ, ਤੇ ਗੁਰੂ ਦੀ ਪਛਾਣ ਮਨੁੱਖ ਦੇ ਜੀਵਨ ਨੂੰ ਇੱਕ ਦਾਇਰਾ ਨਿਸ਼ਚਿਤ ਕਰਦੀਆਂ ਨੇ, ਇੱਕ ਮਰਿਆਦਾ ਨਿਸ਼ਚਿਤ ਕਰਦੀ ਹੈ। ਗੁਰੂ ਦਾ ਸਿੱਖੀ ਸਾਂਝ ਕੀਏ, ਸਾਨੂੰ ਜੀਵਣਾ ਸਿਖਾਵੇ। ਜੀਵਨ ਤਾਂ ਮਿਲ ਗਿਆ, ਹੁਣ ਜੀਵਣਾ ਕਿਵੇਂ ਹੈ, ਜੀਵਣਾ ਸਿਖਾਵੇ। ਹੁਣ ਤਾਂ ਜੇ ਗੁਰੂ ਦੀ ਪਛਾਣ ਹੀ ਨਾ ਹੋਵੇ ਤਾਂ ਤੁਸੀਂ ਜੀਵਨ ਦੀ ਸਿੱਖਿਆ ਕਿਵੇਂ ਲਓਗੇ? ਅੱਜ ਦਾ ਜਪਾਨ ਦੂਜਾ ਡੇਟ ਹੈ। ਤੇ ਤੀਜਾ ਲਫ਼ਜ਼ ਹੈ ਆਪਣੇ ਆਪ ਦੀ ਪਛਾਣ, ਮੈਂ ਕੀ ਹਾਂ, ਸਿੱਖ ਦੀ ਪਛਾਣ ਮੈਂ ਗੱਲ ਕਰਦਾ, ਬਾਕੀ ਛੱਡਦੇ ਹਾਂ। ਜਿਵੇਂ ਮੈਂ ਦੱਸ ਕੀਤੀ, ਜੋ ਮਨੁੱਖ ਅੱਜ ਹੈ ਉਹਨੂੰ ਪਛਾਣੇ, ਮੈਂ ਗੱਲ ਕਰਦਾ ਸਿੱਖ ਹੈ, ਉਹ ਤਾਂ ਅਸੀਂ ਸਾਰੇ ਪਾਉਂਦੇ ਹਾਂ। ਤੇ ਜੇ ਪਰ ਅਸੀਂ ਆਪੇ ਦੀ ਪਛਾਣ ਕਰਨੀ ਹੋਵੇ, ਸਿੱਖ ਕਿਹੋ ਜਿਹਾ ਹੁੰਦਾ ਹੈ ਸਾਨੂੰ ਪਤਾ ਹੈ, ਆਈ ਬਾਬਰਾ ਪਾਣਾ, ਸੋ ਬਾਬਰਾ ਜੋ ਆਪਣਾ ਪਛਾਣੇ। ਹੁਣ ਕਿੰਨੀ ਅਜੀਬ ਗੱਲ ਹੈ, ਗੁਰੂ ਇਹ ਗੱਲ ਆਖ ਰਿਹਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਸਿੱਖ ਸਖਾ ਬੰਦਪ ਹੈ ਭਾਈ, ਸੋ ਸਿੱਖ ਸਖਾ ਨਿਸ਼ਾਨੀ ਤੇ ਆਪਣੇ ਆਪ ਨੂੰ ਪਰਖੀਏ। ਅਸੀਂ ਸਾਰੇ ਸਿੱਖ ਪਾਉਣੇ, ਸਾਡਾ ਤਾਂ ਝਗੜਾ ਹੈ, ਲੋਕ ਸਾਨੂੰ ਸਿੱਖ ਕਿਉਂ ਨਹੀਂ ਮੰਨਦੇ, ਅਸੀਂ ਉਹਨਾਂ ਨਾਲ ਦੋਸਤ ਕਰਨੇ ਆ, ਸਾਨੂੰ ਸਿੱਖ ਕਿਉਂ ਨਹੀਂ ਮੰਨਦੇ? ਇਹ ਭਲਾ ਅਸੀਂ ਆਪਣੇ ਆਪ ਨੂੰ ਪਰਖੀਏ, ਜਿਵੇਂ ਬਾਬਾ ਕਬੀਰ ਨੇ ਆਖਦਾ, ਸੋ ਬੋਰਾ ਜੋ ਆਪ ਨਾ ਪਛਾਣੇ। ਤੇ ਜੇ ਭਲਾ ਅਸੀਂ ਆਪਣੇ ਆਪ ਨੂੰ ਪਛਾਣੀਏ, ਅਸੀਂ ਆਖਾਂਗੇ ਅਸੀਂ ਸਿੱਖ? ਕੋਈ ਤਾਂ ਸਾਨੂੰ ਆਖੇ ਨਾ ਆਖੇ, ਅਸੀਂ ਆਪ ਹੀ ਨਹੀਂ ਆਖ ਸਕਾਂਗੇ। ਜੇ ਕਦੀ ਕੌੜੀ ਸੱਚਾਈ ਹੈ, ਜੇ ਬਾਬਾ ਕਬੀਰ ਜੀ ਦੀ ਇਸ ਕਸੌਟੀ 'ਤੇ ਆਪਣੇ ਆਪ ਨੂੰ ਪਰਖ ਲਈਏ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਰਤਾ, ਕਹਿੰਦਾ ਭੋਗੇ ਬਾਅਦ ਬੜੀ ਖੁਸ਼ੀ ਆ, ਸਿੱਖ ਬਣ, ਸਿੱਖ ਤੋਂ ਬਾਅਦ ਤੂੰ ਬ੍ਰਹਮ ਗਿਆਨੀ ਵੀ ਬਣ, ਮੈਨੂੰ ਕੋਈ ਹਰਜ਼ ਨਹੀਂ।
पर एक ख्याल करें जो कुछ भी बदलेगा उनके नाल तेरे फर्ज बदल जाएंगे उन्होंने इस तरह के गुरु ने बड़ी कुछ क्यों कह दिता कहते हे मेरे मालिक अपने कर्म की गत मैं क्या जाना मैनू तो पता ही नहीं मैं की कर रहा ते की करना चाहिए बस अफवाह जरूर रहे मैं शौक है मैं लोग सिख आख ये चंगा शौक है माड़ा नहीं मेरा मतलब यह नहीं कि सिख अखवाना कोई माड़ा शौक है चंगा शौक है पर एक ख्याल करो दुनिया के अंदर शौक होना कुछ होर गल है हर अमीर गरीब का शौक है मैं लोग अमीर आखन पर कि आखन उनके लिए तो कुछ करना पड़ेगा हर अनपढ़ का शौक है मैनू विद्वान लोग आखन पढ़िया लिखिया आखन पर पढ़िया लिखिया शौक ने थोड़ा बनाने उन्हें तो पढ़ाई करवानी शौक हो चीज कोई मन नहीं शौक चंगा है जिस बच्चों के मन अंदर शौक है ना पढ़े लिखे बनन का वह ही पढ़ते गल माड़ी नहीं पर उन्हें एक पता हो कि मेरा शौक ही सब कुछ नहीं शौक ने तो तेन राह तोरना मंजिल अजे अगे है चंगी गल है जे तेन शौक है तेन लोग सिख आखन चंगी गल है पर भलिया शौक नाल गल नहीं चल बननी सिख बनना पैना सिख बनन लई कुछ नियम ने मैंने अर्ज की जो कुछ मन खा है उनके करतब ही बदल देने गुरु ने यो गल कह दी कह लगे अपने कर्म की गत मैं क्या जानो बरसियां मनाउन ब्रह्म ज्ञानी भी होव एवं संसार अंदर लाइना लगिया हुई संतां दियां ते ब्रह्म ज्ञानियां दियां शौक नहीं शौक माड़ा नहीं पर शौकीन ज्यादा नहीं ते गुरु ने आख्या हा मन ब्रह्म ज्ञानी मैनू कोई इतराज नहीं तेरा शौक चंगा तू पढ़ पर घर बैठे जे तू आखे डिग्री मिल जाए तो यह गल बड़ी मुश्किल है गुरु ने आख्या बन ब्रह्म ज्ञानी ला सिलेबस सुन ले मन साचा मुख साचा सोए मन साचा मुख साचा सोए अवर लपेखे एक सुबिन को नानक ए लक्षण लक्षण भी करता हूं फल काम यकार तेरा शौक माड़ा नहीं पर मेरे शौक नाल कुछ नहीं हो बढ़ना शौक नाल कुछ नहीं बढ़ना शौक नाल शुकीन ही लफज आएगा मैनू पंजाबी की पुरानी कहावत याद आ गई लोग आखते होंगे सन पत्तों के शकीन ते बोझे विच गाजरा शौकीन बनना होर गल है शौक पूरे करने कुछ करना कुछ होर गल है गुरु ने
ਨੇ ਬਾਣੀ ਵਿੱਚ ਗੱਲ ਕਹਿ ਦਿੱਤੀ ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਨਿਰਲੇ ਜੈਸੇ ਜਲ ਮੈਂ ਕਮਲ ਅਰੇ ਕਰਤਾ ਬਣ ਜਿਹੜਾ ਕਰੇ ਉਹ ਕਮ ਸੇ ਕਮ ਆਪਣੇ ਆਪ ਵਿੱਚ ਨਿਗਾਹ ਜ਼ਰੂਰ ਮਾਰੇ ਪਰ ਮੇਰੇ ਕੋਲ ਇਹ ਗੁਣ ਹੈ ਜੇ ਨਹੀਂ ਤਾਂ ਬ੍ਰਹਮ ਗਿਆਨੀ ਕਿਵੇਂ ਨਹੀਂ ਆਖ ਸਕੇਗਾ ਹਰ ਸਤਾ ਝਗੜਾ ਹੁਣ ਪ੍ਰਚਾਰਿਕ ਹੈ ਅਸਲ ਦੁਹਾਂਤ ਸਾਡੀ ਇਸ ਕੌਮ ਦਾ ਅੱਜ ਦੇ ਯੁੱਗ ਵਿੱਚ ਕੀ ਹੈ ਕਮਿਊਨਿਟੀ ਦਾ ਜਦੋਂ ਮੈਂ ਅੱਜ ਦੇ ਯੁੱਗ ਅੰਦਰ ਝਾਤੀ ਮਾਰਨਾ ਤੇ ਸਿਰਫ ਇੱਕ ਪਛਾਣ ਖੋਣ ਅਸੀਂ ਮਾਰੇ ਜਾ ਰਹੇ ਨਾ ਸਾਨੂੰ ਰੱਬ ਦੀ ਪਛਾਣ ਕੋਈ ਨਹੀਂ ਨਾ ਸਾਨੂੰ ਗੁਰੂ ਦੀ ਪਛਾਣ ਕੋਈ ਨਹੀਂ ਤਾਂ ਇਹਨਾਂ ਸਾਰੀਆਂ ਗੱਲਾਂ ਤੇ ਝਗੜੇ ਨੇ ਜੇ ਰੱਬ ਦੀ ਪਛਾਣ ਹੁੰਦੀ ਤੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਦਾ ਝਗੜਾ ਵੀ ਕਿਉਂ ਹੁੰਦਾ ਅੱਜ ਰਾਮ ਤੇ ਖੁਦਾ ਦਾ ਹੀ ਝਗੜਾ ਨਾ ਜੇ ਕੋਈ ਹਿੰਦੂ ਮੁਸਲਮਾਨ ਨੂੰ ਸਖਤੀ ਮਾਰ ਕਰ ਰਿਹਾ ਜੇ ਕੋਈ ਮੁਸਲਮਾਨ ਕਿਸੇ ਹਿੰਦੂ ਤੇ ਕਰ ਰਿਹਾ ਜੇ ਕਿ ਦੇਸ਼ਾਂ ਦਾ ਟਕਰਾਅ ਉਹਨਾਂ ਦੇ ਸਾਰਿਆਂ ਦੇ ਪਿੱਛੇ ਕੋਈ ਭਗਵਾਨ ਨਾਮ ਦਾ ਕੋਈ ਰਾਮ ਨਾਮ ਦਾ ਕੋਈ ਰੱਬ ਨਾਮ ਦਾ ਹੀ ਖਿਆਲ ਕੰਮ ਕਰ ਰਿਹਾ ਇਹ ਦੂਜੀ ਕਮਿਊਨਿਟੀ ਹੈ ਡਿਸਕ੍ਰਿਮੀਨੇਸ਼ਨ ਜਿੰਨੀ ਹੈ ਸੰਸਾਰ ਅੰਦਰ ਇੱਕ ਦੂਜੇ ਕੋਲੋਂ ਨਫ਼ਰਤ ਉਹਦਾ ਕਾਰਨ ਬਹੁਤਾਤ ਵਿੱਚ ਇਹੋ ਹੈ ਜਿਹਨੂੰ ਅਸੀਂ ਰੱਬ ਆਖਦੇ ਹਾਂ ਹੁਣ ਕਿਹੜੀ ਅਜੀਬ ਗੱਲ ਹੈ ਅਸੀਂ ਆਖਦੇ ਤਾਂ ਹਾਂ ਵੀ ਰੱਬ ਇੱਕੋ ਹੈ ਤੇ ਜੇ ਮੰਨਦੇ ਨਹੀਂ ਤਾਂ ਇਹਦਾ ਮਤਲਬ ਅਸੀਂ ਉਹ ਮੰਨਣ ਵਾਲੇ ਨਹੀਂ ਝਗੜਾ ਇਸ ਗੱਲ ਦਾ ਹੈ ਅਸੀਂ ਆਖਦੇ ਹਾਂ ਰੱਬ ਇੱਕ ਹੈ ਤੇ ਜੇ ਇੱਕ ਹੈ ਤੇ ਝਗੜਾ ਕਰਦਾ ਗੱਲ ਬਾਬਾ ਕਬੀਰ ਨੇ ਆਖੀ ਮਸਲਾ ਤਾਂ ਇੱਕ ਹੋਈ ਹੈ ਜਦ ਮੈਂ ਇੱਕ ਇੱਕ ਜਾਣਿਆ ਤਾਂ ਮੈਂ ਲੋਕੇ ਕਾਹੇ ਦੁੱਖ ਮਾਣਿਆ ਜਿਹੜੀ ਪਛਾਣ ਹੈ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹੈ ਮਨੁੱਖ ਆਪਣੇ ਆਪ ਨੂੰ ਪਛਾਣ ਨਹੀਂ ਰਿਹਾ ਅੱਜ ਹਾਲਤ ਇਹ ਹੈ ਜਿੱਥੇ ਖਲੋਤਾ ਹੈ ਮਨੁੱਖ ਜੇ ਕੋਈ ਰਾਜਨੀਤਿਕ ਚੇਅਰ ਤੇ ਬੈਠਾ ਹੈ ਮੇਰੇ ਕੀ ਫਰਜ਼ ਨੇ ਉਹ ਬਿਲਕੁਲ ਨਹੀਂ ਪਛਾਣ ਰਿਹਾ ਮੈਂ ਚੀਫ ਮਿਨਿਸਟਰ ਹਾਂ ਮੈਂ ਪ੍ਰਾਈਮ ਮਿਨਿਸਟਰ ਹਾਂ ਮੈਂ ਕਿਸੇ ਦੇਸ਼ ਦਾ ਰਾਸ਼ਟਰਪਤੀ ਹਾਂ ਜਿੱਥੇ ਕੋਈ ਬੈਠਾ ਹੈ ਕੀ ਉਹ ਆਪਣੇ ਫਰਜ਼ ਨੂੰ ਪਛਾਣੇ ਤਾਂ ਤੇ ਰਾਸ਼ਟਰਪਤੀ ਹੈ ਜੇ ਆਪਣੇ ਫਰਜ਼ ਨੂੰ ਪਛਾਣੇ ਤਾਂ ਉਹ ਪ੍ਰਾਈਮ ਮਿਨਿਸਟਰ ਹੈ ਤੇ ਜੇ ਉਹ ਫਰਜ਼ ਹੀ ਨਹੀਂ ਪਛਾਣਦਾ ਉਹਨੂੰ ਪਤਾ ਹੀ ਨਹੀਂ ਮੇਰੀ ਡਿਊਟੀ ਕੀ ਹੈ ਦੁਕਾਨ ਪੈਦਾ ਹੋ ਜਾਏਗਾ ਅੱਜ ਜਿਸ ਸਤਾ ਤੇ ਵੀ ਕੋਈ ਖਲੋਤਾ ਹੈ ਉਹਦੀ ਪਛਾਣ ਕੋਈ ਨਹੀਂ ਸਿੱਖ ਹੈ ਪਰ ਸਿੱਖੀ ਦੀ ਪਛਾਣ ਕੋਈ ਉਹ ਆਪਣੇ ਆਪ ਵਿੱਚ ਨਿਗਾਹ ਮਾਰ ਕੇ ਜੇ ਕਦੀ ਕੌੜੀ ਸੱਚਾਈ ਨਾਲ ਇਸ ਨੂੰ ਪਰਖ ਕੇ ਵੇਖੇਗਾ ਉਹ ਆਖੇਗਾ ਨਹੀਂ ਮੈਂ ਸਿੱਖ ਨਹੀਂ ਪਰ ਸਭ ਵੀ ਨਹੀਂ ਹੋਏ ਪਰ ਜਿਹੜਾ ਨਾ ਪਛਾਣੇ ਬਾਹੁਣ ਬਾਬਾ ਕਬੀਰ ਜੀ ਦੋ ਸਿਰਫ ਵੱਲ ਆ ਗਿਆ ਜਿਹੜਾ ਨਾ ਪਛਾਣੇ ਉਹ ਕੀ ਹੋਇਆ ਬਾਬਾ ਕਬੀਰ ਨੇ ਹੁੰਦੇ ਆਖੇ ਲਫ਼ਜ਼ ਤਾਂ ਗਲਤ ਨਹੀਂ ਨਾ ਫੈਸਲਾ ਉਹਨੇ ਬੜਾ ਖੂਬਸੂਰਤ ਦਿੱਤਾ ਉਹ ਕਹਿੰਦਾ ਇੱਕ ਕੱਪੜੇ ਨੂੰ ਨਾ ਪਛਾਣਨ ਵਾਲੇ ਨੂੰ ਤੂੰ ਬੋਰਾ ਆਖਣਾ ਇੱਕ ਰਾਹ ਨੂੰ ਨਾ ਪਛਾਣਨ ਵਾਲੇ ਨੂੰ ਇੱਕ ਭਰਾ ਨੂੰ ਨਾ ਪਛਾਣਨ ਵਾਲੇ ਨੂੰ ਪਤਨੀ ਨੂੰ ਨਾ ਪਛਾਣਨ ਵਾਲੇ ਨੂੰ ਤੂੰ ਬੋਰਾ ਆਖ ਲੈ ਤੇ ਜਿਹੜਾ ਆਪਣੇ ਆਪ ਨੂੰ ਹੀ ਨਾ ਪਛਾਣਦਾ ਹੋਵੇ ਉਹਨੂੰ ਤੂੰ ਸਿਆਣਾ ਕਿਵੇਂ ਆਖਣਾ ਸਭ ਤੋਂ ਨੇੜੇ ਤਾਂ ਮਨੁੱਖ ਤੇ ਆਪਣਾ ਆਪ ਹੈ ਬਾਕੀ ਚੀਜ਼ਾਂ ਸਾਰੀਆਂ ਦੂਰ ਨੇ ਤੇ ਜਿਹੜਾ ਆਪਣੇ ਆਪ ਨੂੰ ਨਾ ਪਛਾਣਦਾ ਹੋਵੇ ਉਹ ਕੀ ਹੋਇਆ ਬੋਰਾ ਤੇ ਜੇ ਭਲਾ ਅੱਜ ਮਨੁੱਖ ਆਪਣੇ ਆਪ ਨੂੰ ਨਾ ਪਛਾਣੇ ਜੇ ਹਰ ਸਿੱਖ ਆਪਣੇ ਆਪ ਨੂੰ ਨਾ ਪਛਾਣੇ
ਤਾਂ ਕੀ ਹੋਇਆ ਬੌਰਾ ਇਹਦਾ ਮਤਲਬ ਅਸੀਂ ਪਾਗਲਖਾਨੇ ਵਿੱਚ ਰਹਿ ਰਹੇ ਥੋੜੀ ਸੀ ਚਾਹੀਏ ਅੱਜ ਦੁਨੀਆ ਪਾਗਲਖਾਨੇ ਪਰ ਬਣ ਚੁੱਕੀ ਹੈ ਇਹ ਬਾਵਰੀਆਂ ਦੀ ਦੁਨੀਆ ਹੈ ਨਾ ਮੈਂ ਕਿਸੇ ਚੀਜ਼ ਨੂੰ ਪਛਾਣਨਾ ਨਾ ਤੁਸੀਂ ਪਛਾਣ ਸ਼ੌਕ ਸਾਰਿਆਂ ਨੂੰ ਅਸੀਂ ਸਾਰਾ ਸ਼ੌਕ ਪੂਰਾ ਕਰਨਾ ਜਿਸ ਦਿਨ ਅਸੀਂ ਆਪਣੇ ਆਪ ਨੂੰ ਬਦਲ ਲਿਆ ਤੇ ਅਨੁਕੂਲ ਹੋ ਗਏ ਜੋ ਕੁਝ ਅਖਵਾਨੇ ਆ ਮਨੁੱਖ ਅਖਵਾਨ ਵਾਲਾ ਮਨੁੱਖਤਾ ਦੇ ਅਨੁਕੂਲ ਹੋ ਜਾਏ ਇਨਸਾਨ ਅਖਵਾਨ ਵਾਲਾ ਇਨਸਾਨੀਅਤ ਨੂੰ ਪਛਾਣ ਲਏ ਸਿੱਖ ਅਖਵਾਨ ਵਾਲਾ ਸਿੱਖੀ ਨੂੰ ਪਛਾਣ ਲਏ ਬ੍ਰਹਮ ਗਿਆਨੀ ਤੇ ਸੰਤ ਅਖਵਾਨ ਵਾਲਾ ਸੰਤ ਗੀਰ ਨੂੰ ਪਛਾਣ ਲਏ ਮੈਨੂੰ ਅਜੇ ਤੱਕ ਯਾਦ ਹੈ ਰਕਾ ਗੋਬਿੰਦ ਸਾਹਿਬ ਗੁਰ ਕਿਸੇ ਮਹਾਂਪੁਰਸ਼ ਦਾ ਦਿਨ ਬਣਾ ਰਹੇ ਸਨ ਦਸ ਉੱਥੇ ਗੁਰਬਾਣੀ ਦੀ ਇੱਕ ਲਾਈਨ ਇੱਕ ਸ਼ਬਦ ਸਾਹਮਣੇ ਆਇਆ ਉਹ ਸੀ ਦੁਨੀਆਂ ਦੇ ਲੋਕ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਨਾ ਚਾਹੁੰਦਾ ਸੰਤ ਕਿਹੋ ਜਿਹਾ ਹੁੰਦਾ ਸੰਤ ਕਿਹੋ ਜਿਹਾ ਹੁੰਦਾ ਸਾਰਾ ਸ਼ਬਦ ਮੈਂ ਸਾਹਮਣੇ ਰੱਖਿਆ ਮੈਂ ਆਖਿਆ ਮੈਨੂੰ ਤੁਸੀਂ ਦੱਸ ਦਿਓ ਇਸ ਸਾਰੇ ਸ਼ਬਦ ਵਿੱਚ ਅੱਜ ਵਾਲੇ ਕਿਸੇ ਸੰਤ ਦੀ ਇੱਕ ਨਿਸ਼ਾਨੀ ਵੀ ਹੋਵੇ ਇੱਕ ਨਿਸ਼ਾਨੀ ਵੀ ਹੋਵੇ ਸਾਰਾ ਸ਼ਬਦ ਪੜ੍ਹ ਲਓ ਤੇ ਜੇ ਸਾਰੇ ਸ਼ਬਦ ਵਿੱਚ ਇੱਕ ਨਿਸ਼ਾਨੀ ਵੀ ਅੱਜ ਦੇ ਸੰਤ ਨਾਲ ਨਾ ਮਿਲਦੀ ਹੋਵੇ ਤੇ ਫਿਰ ਉਹ ਆਪਣੇ ਆਪ ਨੂੰ ਸੰਤ ਕਿਵੇਂ ਆਖ ਰਿਹਾ ਇਹਦਾ ਪੁੱਤਰ ਪਛਾਣ ਨਹੀਂ ਲਿਆ ਇੱਕ ਪਾਗਲ ਹੈ ਜੇ ਅਸੀਂ ਸਾਰੀਆਂ ਨਿਸ਼ਾਨੀਆਂ ਸਿੱਖ ਦੀਆਂ ਪੜ੍ਹੀਏ ਤੇ ਸਿੱਖ ਵਿੱਚ ਉਹ ਨਿਸ਼ਾਨੀ ਨਾ ਮਿਲੇ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਹੋਵੇ ਤਾਂ ਇਹਦਾ ਮਤਲਬ ਸਿੱਖ ਨਹੀਂ ਉਹ ਇੱਕ ਪਾਗਲ ਹੈ ਬਾਬਲਾ ਮੇਰਾ ਮੇਰੇ ਲਫ਼ਜ਼ ਨਹੀਂ ਬਾਬਾ ਕਬੀਰ ਸਿੰਘ ਨੇ ਤੇ ਜੇ ਭਲਾ ਇੱਕ ਦੋ ਬਾਵਰੇ ਹੋਣ ਤਾਂ ਉਹਨੂੰ ਸਮਝਾਓ ਜੇ ਬਾਵਰਿਆਂ ਦਾ ਉਹ ਘਰ ਹੀ ਹੋ ਜਾਏ ਪਾਗਲਖਾਨਾ ਹੀ ਹੋ ਜਾਏ ਤੇ ਉੱਥੇ ਤੇ ਮੁਸ਼ਕਲ ਇਹ ਹੈ ਕਿ ਜਿਹੜਾ ਡਾਕਟਰ ਉਹਨਾਂ ਦਾ ਇਲਾਜ ਕਰਨ ਜਾਵੇ ਉਹਦੀ ਜਾਨ ਨੂੰ ਵੀ ਖਤਰਾ ਹੈ ਕਿਉਂਕਿ ਸਾਰੀ ਪਾਗਲ ਹੋ ਗਏ ਅੱਜ ਕੀ ਹੋ ਰਿਹਾ ਅੱਜ ਗੁਰੂ ਦੀ ਜਾਨ ਨੂੰ ਵੀ ਖਤਰਾ ਗੁਰੂ ਤੇ ਅਟੈਕ ਕਿਉਂ ਹੋ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਨੁਕਤਾ ਚੀਨੀ ਕਿਉਂ ਕਿਉਂਕਿ ਪਾਗਲਾਂ ਦੀ ਦੁਨੀਆਂ ਵਿੱਚ ਆ ਗਏ ਹਾਂ ਬਾਬਰੇ ਦੇ ਗੁਰੂ ਹੈ ਡਾਕਟਰ ਗੁਰੂ ਹੈ ਵੈਦ ਉਹ ਮਨੁੱਖਤਾ ਦਾ ਇਲਾਜ ਕਰਨਾ ਚਾਹੁੰਦਾ ਹੈ ਉਹ ਇਹਨਾਂ ਨੂੰ ਸਮਝਾਉਣਾ ਚਾਹੁੰਦਾ ਉਹ ਭਲਿਆ ਸਿੱਖੀ ਪਛਾਣ ਲੈ ਇਹੋ ਜਿਹਾ ਸਿੱਖ ਬਣ ਪਰ ਅਸੀਂ ਹੋ ਗਏ ਹਾਂ ਬਾਬਰੇ ਅਸੀਂ ਗੁਰੂ ਤੇ ਕਿੰਤੂ ਪਰ ਡਾਕਟਰ ਨੂੰ ਦੇ ਗੱਲ ਭੇਜਦੇ ਹਾਂ ਪਾਗਲ ਕਾਹਦੇ ਵਿੱਚ ਆ ਗਏ ਇਸ ਲਈ ਬਾਬਾ ਕਬੀਰ ਜੀ ਨੇ ਇੱਕ ਫੈਸਲਾ ਦਿੱਤਾ ਕਹਿਣ ਲੱਗੇ ਦੁਨੀਆਂ ਦੇ ਲੋਕ ਕਿਸੇ ਹੋਰ ਚੀਜ਼ ਦੀ ਪਛਾਣ ਨਾ ਕਰ ਸਕਣਾ ਕੋਈ ਵੱਡੀ ਗੱਲ ਨਹੀਂ ਐਸਾ ਵੀ ਹੋ ਸਕਦਾ ਹੈ ਕਿਸੇ ਮਨੁੱਖ ਨੇ ਉਹ ਚੀਜ਼ ਇਸ ਤੋਂ ਪਹਿਲਾਂ ਦੇਖੀ ਵੀ ਨਾ ਹੋਵੇ ਪਰ ਭਲਿਆ ਤੇਰਾ ਆਪਣਾ ਆਪਾ ਜਿਹੜਾ ਜਿਹਨੂੰ ਤੂੰ ਹੰਢਾ ਰਿਹਾ ਜਿਸ ਦੇ ਅੰਦਰ ਤੂੰ ਝਾਤੀ ਪਾ ਕੇ ਬੜੀ ਜਲਦੀ ਦੇਖ ਸਕਣਾ ਹੈ ਆਪਣੇ ਆਪ ਨੂੰ ਪਛਾਣ ਸਕਣਾ ਹੈ ਜਿੰਨੇ ਬਦਸੂਰਤ ਲੋਕ ਨੇ ਉਹਨਾਂ ਨੂੰ ਸ਼ੀਸ਼ਾ ਪਸੰਦ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਆਪਣੀ ਸੂਰਤ ਦੇਖਣੀ ਔਖੀ ਨਜ਼ਰ ਆਉਂਦੀ ਸ਼ੀਸ਼ਾ ਸੱਚ ਬੋਲਦਾ ਧਰਮ ਹੈ ਤੇ ਮੈਂ ਅਰਜ਼ ਕੀਤੀ ਸੀ ਸ਼ੀਸ਼ਾ ਧਰਮ ਹੈ ਸੱਚ ਬੋਲਦਾ ਜਿਹੋ ਜੀ ਤੇਰੀ ਸ਼ਕਲ ਹੈ ਉਹ ਜੀ ਉਹਨੇ ਦਿਖਾ ਦੇਣੀ ਹੈ ਜੇ ਤੂੰ ਉਹਨੂੰ ਡਰਾ ਕੇ ਧਮਕੀਆਂ ਦੇ ਕੇ ਜਾਂ ਉਹਦੀ ਖੁਸ਼ਾਮਦ ਕਰਕੇ ਉਹਦੇ ਇਰਾਦੇ ਨੂੰ ਬਦਲਣਾ ਚਾਹੇ ਉਹ ਨਹੀਂ ਬਦਲਦਾ ਸੀ ਕੋਈ ਮਨ ਫੁੱਲਾਂ ਦਾ ਹਾਰ ਲੈ ਜਾ ਤੇ ਆਖੇ ਹੇ ਸ਼ੀਸ਼ਾ ਤੂੰ ਮੇਰੀ ਬਦਸੂਰਤੀ ਨਾ ਦੱਸੀਆਂ ਮੈਂ ਤੈਨੂੰ ਪੂਜਾ ਕਰਨਾ ਤੇਰੀ ਬਦਲ ਦੇਗਾ ਜੋ ਕਿ ਹੱਥ ਵਿੱਚ ਪੱਥਰ ਲੈ ਜਾਏ ਤੇ ਆਖੇ ਮੈਂ ਤੈਨੂੰ ਪੱਥਰ ਮਾਰ ਕੇ ਤੋੜ ਦਿਆਂਗਾ ਤੂੰ ਮੇਰੀ ਬਦਸੂਰਤੀ ਨਾ ਦੱਸੀ ਉਹ ਡਰ ਜਾਏਗਾ ਬਦਲ ਜਾ ਬਸ ਆਹ ਫਰਕ ਹੈ ਸੱਚ ਬੋਲਣ ਵਾਲਾ
ਕੁਰਾਹੀਆ ਖਵਾ ਸਕਦਾ। ਸੱਚ ਬੋਲਣ ਵਾਲੇ ਕਬੀਰ ਨੂੰ ਲੋਕ ਕਹੇ ਕਬੀਰ ਬੋਰਾਨਾ, ਉਹਨੂੰ ਬੋਰਾ ਆਖ ਸਕਦੇ, ਗੁਰੂ ਨਾਨਕ ਨੂੰ ਪੱਥਰ ਮਾਰ ਸਕਦੇ, ਪਰ ਗੁਰੂ ਨਾਨਕ ਸੱਚ ਬੋਲਦਾ ਹੈ ਤੇ ਸਾਰੀ ਜ਼ਿੰਦਗੀ ਸਾਨੂੰ ਸਾਡਾ ਚਿਹਰਾ ਸਾਡੀ ਆਪਣੀ ਪਛਾਣ ਕਰਾਉਣ ਵਿੱਚ ਪਿੱਛੇ ਨਹੀਂ ਹਟਦਾ, ਕਿਉਂਕਿ ਸ਼ੀਸ਼ਾ ਹੈ, ਸ਼ੀਸ਼ੇ ਨੇ ਸਾਨੂੰ ਸਾਡੀ ਪਛਾਣ ਕਰਾਉਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸ਼ੀਸ਼ਾ ਸਾਡੇ ਸਾਹਮਣੇ ਹੈ ਜਿਹੜਾ ਸਾਡੀ ਪਛਾਣ ਕਰਾਉਂਦਾ ਹੈ ਤੇ ਕਹਿੰਦਾ ਭਲਿਆ ਦੂਜੀਆਂ ਚੀਜ਼ਾਂ ਨੂੰ ਪਛਾਣਨ ਦੀ ਬਜਾਏ ਪਹਿਲਾਂ ਤੂੰ ਆਪਣੇ ਆਪ ਨੂੰ ਪਛਾਣ, ਜੇ ਤੂੰ ਆਪਣੇ ਆਪ ਨੂੰ ਨਹੀਂ ਪਛਾਣਦਾ ਤਾਂ ਅਸਲ ਫਿਰ ਸੰਸਾਰ ਅੰਦਰ ਬੌੜਾ ਤੂੰ ਹੈ। ਦੂਜੀਆਂ ਚੀਜ਼ਾਂ ਨੂੰ ਪਛਾਣਨ ਵਾਲੇ ਨੂੰ ਬਾਬਾ ਕਬੀਰ ਕਹਿੰਦੇ ਨੇ ਮੈਂ ਬੌੜਾ ਨਹੀਂ ਆਖਦਾ, ਤੈਨੂੰ ਜਿਸ ਸਤਾ ਤੇ ਖਲੋਤਾ ਹੈ ਜੋ ਚੀਜ਼ ਤੂੰ ਅਖਵਾਉਣਾ ਚਾਹੁੰਦਾ, ਜਿਸ ਚੀਜ਼ ਦਾ ਵੀ ਤੈਨੂੰ ਸ਼ੌਕ ਹੈ ਉਹਦੀ ਪਛਾਣ ਕਰ। ਤੇ ਬਾਬਾ ਕਬੀਰ ਨੇ ਆਖਿਆ ਕਹਿਣ ਲੱਗੇ ਸੋ ਬੋਰਾ ਪ੍ਰਾਪਤੀ ਦਾ ਕੋਈ ਰਾਹ ਹੀ ਨਹੀਂ। ਜਿਸ ਦਿਨ ਤੂੰ ਆਪਣੇ ਆਪ ਨੂੰ ਪਛਾਣ ਲਿਆ ਮੈਂ ਕੀ ਹਾਂ ਤੇ ਕੀ ਬਣ ਚੁੱਕਾ, ਮੈਨੂੰ ਨਿਰੰਕਾਰ ਨੇ ਕੀ ਪੈਦਾ ਕੀਤਾ ਸੀ ਤੇ ਅੱਜ ਮੇਰੀ ਹਾਲਤ ਕੀ ਹੈ। ਗੁਰੂ ਨੇ ਬਾਣੀ ਵਿੱਚ ਐਵੇਂ ਨੀ ਆਖਿਆ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਹੈ ਕੁਝ ਹੋਰ ਤੇ ਬਣ ਬਣ ਕੁਝ ਹੋਰ ਪੈਂਦਾ, ਆਪੇ ਨੀ ਪਛਾਣਨੇ। ਮਨ ਨੇ ਪ੍ਰੀਤ ਮੁਖੋਂ ਗੰਢ ਲਾਵਤ, ਜਾਣਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਭੀਨ। ਕਹਿਣ ਲੱਗੇ ਜਿਸ ਦਿਨ ਤੇਰੇ ਮਨ ਦਾ ਇਹ ਭੁਲੇਖਾ ਦੂਰ ਹੋ ਗਿਆ ਨਾ, ਉਸ ਦਿਨ ਰੱਬ ਤੇਰੇ ਤੋਂ ਵੱਖ ਨਹੀਂ ਰਹਿਣਾ। ਬਣ ਕੇ ਖਾਵਾਂ, ਬਸ ਮੈਨੂੰ ਲੋਕ ਆ ਸਮਝਣ, ਉਹ ਬਣਨਾ ਨਹੀਂ ਚਾਹੁੰਦਾ, ਉਹ ਅਖਵਾਉਣਾ ਚਾਹੁੰਦਾ। ਲੋਕ ਮੈਨੂੰ ਸਿੱਖ ਆਖਣ, ਲੋਕ ਮੈਨੂੰ ਸੰਤ ਆਖਣ, ਲੋਕ ਮੈਨੂੰ ਬ੍ਰਹਮ ਗਿਆਨੀ ਆਖਣ, ਲੋਕ ਮੈਨੂੰ ਚੰਗਾ ਰਾਜਨੀਤਿਕ ਆਗੂ ਤੇ ਵਿਦਵਾਨ ਆਖਣ, ਲੋਕ ਮੈਨੂੰ ਆਪਣਾ ਅਗਵਾਈ ਕਰਨ ਵਾਲਾ ਲੀਡਰ ਮੰਨਣ, ਬਸ ਇਹ ਮਨੁੱਖ ਚਾਹੁੰਦਾ ਹੈ। ਪਰ ਆਪਣੇ ਆਪ ਵਿੱਚ ਨਿਗਾਹ ਮਾਰ ਕੇ ਪਰਖਦਾ ਨਹੀਂ ਕਿ ਉਹਨਾਂ ਸਾਰੇ ਪਦਵੀਆਂ ਦੇ ਯੋਗ ਮੈਂ ਹਾਂ। ਜਿਸ ਦਿਨ ਮੈਂ ਯੋਗਤਾ ਆਪਣੀ ਪਛਾਣਨੀ ਸ਼ੁਰੂ ਕਰ ਦਿਆਂਗਾ, ਉਸ ਦਿਨ ਸੰਸਾਰ ਸਵਰਗ ਬਣ ਜਾਏਗਾ। ਅਜੇ ਤੱਕ ਮਨੁੱਖ ਆਪਣੀ ਯੋਗਤਾ ਨੂੰ ਛੁਪਾ ਰਿਹਾ, ਗਰੀਬ ਅਮੀਰੀ ਦਾ ਦਿਖਾਵਾ ਕਰਦਾ ਹੈ, ਅਨਪੜ੍ਹ ਪੜ੍ਹੇ ਲਿਖੇ ਦਾ ਦਿਖਾਵਾ ਕਰਦਾ, ਇੱਕ ਨਾਸਤਿਕ ਸਿੱਖ ਦਾ ਦਿਖਾਵਾ ਕਰ ਰਿਹਾ। ਆਹ ਦੁਖਾਂਤ ਹੈ ਸੰਸਾਰ ਦਾ। ਇਸ ਲਈ ਇਹ ਸੰਸਾਰ ਜਿਹੜਾ ਹੈ
पागलखाने का रूप धारण कर गया है। एक दूजे को ही डर लगी जाता है कि शांति एकाग्रता नहीं, ना घर ना गलिया मोहल्लिया इवन हूँ तंगों द्वार भी नहीं मिलती। सानू अपने आप की पछाण नहीं। इन्हों शब्दों नरखमां का गा चुका फतेह बुलाओ।